ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਨ। ਦਿਲਜੀਤ ਦੋਸਾਂਝ ਬਹੁਤ ਲੰਬੇ ਸਮੇਂ ਤੋਂ ਆਪਣੇ ਕੌਨਸਰਟਸ ਕਰਦੇ ਵਿਖਾਈ ਦੇ ਰਹੇ ਨੇ ਔਰ ਉਹਨਾਂ ਕੌਨਸਰਟਸ ਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਔਰ ਸੋਲਡ ਆਊਟ ਵੀ ਹੋਏ ਨੇ ਕੌਨਸਰਟਸ। ਅਤੇ ਹਾਲ ਹੀ ਦੇ ਵਿੱਚ ਦਿਲਜੀਤ ਦੋਸਾਂਝ ਨੇ ਸ਼ਿਕਾਗੋ ਦੇ ਵਿੱਚ ਆਪਣਾ ਕੌਨਸਰਟ ਕੀਤਾ ਜਿਸ ਦੇ ਵਿੱਚ ਉਹਨਾਂ ਨੂੰ ਚਾਹੁਣ ਵਾਲੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਤੇ ਅਜਿਹਾ ਇੱਕ ਸਰਪ੍ਰਾਈਜ਼, ਅਜਿਹੀ ਇੱਕ ਤਸਵੀਰ ਦਿਲਜੀਤ ਦੋਸਾਂਝ ਨੇ ਸਾਂਝੀ ਕੀਤੀ ਹੈ ਆਪਣੇ ਬਚਪਨ ਦੇ ਨਾਲ। ਉਹ ਤਸਵੀਰ ਉਹਨਾਂ ਨੇ ਕੈਪਸ਼ਨ ਦੇ ਵਿੱਚ ਵੀ ਲਿਖਿਆ ਹੈ ਕਿ ਮੇਰਾ ਬਚਪਨ ਕਿਵੇਂ ਦਾ ਸੀਗਾ। ਉਹ ਤਸਵੀਰਾਂ ਸਾਂਝੀਆਂ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਇੱਕ ਇਮੋਸ਼ਨਲ ਪੋਸਟ ਸਾਂਝੀ ਕੀਤੀ ਹੈ, ਉਹ ਵੀ ਤੁਹਾਨੂੰ ਦੱਸਦੇ ਹਾਂ ਕਿ ਅਜਿਹਾ ਕੀ ਹੈ ਦਿਲਜੀਤ ਦੋਸਾਂਝ ਦੇ ਬਚਪਨ ਦੇ ਨਾਲ ਜੁੜਿਆ ਹੋਇਆ ਜੋ ਉਹਨਾਂ ਨੇ ਪਹਿਲੀ ਵਾਰ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਕਿ ਦਿਲਜੀਤ ਦੋਸਾਂਝ ਦੇ ਕੌਨਸਰਟ ਤੋਂ ਬਾਅਦ ਦੀਆਂ। ਦਿਲਜੀਤ ਦੋਸਾਂਝ ਇੱਕ ਪੋਸਟ ਸਾਂਝੀ ਕਰ ਲਿਖਦੇ ਨੇ, ਬੱਬੀ ਭੈਣ ਪਿੰਡ ਦੋਸਾਂਝ ਕਲਾਂ ਤੋਂ, ਜਨਮ ਮੈਨੂੰ ਮੇਰੇ ਮਾਤਾ ਪਿਤਾ ਨੇ ਦਿੱਤਾ ਪਰ ਨਿੱਕੇ ਹੁੰਦੇ 8-9 ਸਾਲ ਤੱਕ ਮੈਨੂੰ ਭੈਣ ਹੋਣਾ ਨੇ ਹੀ ਪਾਲਿਆ। ਸਾਡੇ ਗਵਾਂਢ 'ਚ ਘਰ ਸੀ, ਰੋਟੀ ਨਹੀਂ ਸੀ ਖਾਂਦਾ ਹੁੰਦਾ, ਮੈਂ ਮਾਂ ਦੱਸਦੀ ਸੀ। ਫਿਰ ਭੈਣ ਹੋਣਾ ਨੇ ਮੈਨੂੰ ਗੁੜ ਨਾਲ ਰੋਟੀ ਖਾਣ ਲਾਇਆ, ਪਰ ਇੱਕ ਦਿਨ ਅਚਾਨਕ ਸਾਰਾ ਪਰਿਵਾਰ USA ਮੂਵ ਹੋ ਗਿਆ। ਮੈਂ ਬਹੁਤ ਕਿਹਾ ਮੈਨੂੰ ਨਾਲ ਲੈ ਜਾਓ, ਕਹਿੰਦੇ ਹਾਂ ਬੈਗ 'ਚ ਪਾ ਕੇ ਲੈ ਜਾਵਾਂਗੇ। ਮੈਨੂੰ ਲੱਗਾ ਸੱਚੀ ਲੈ ਜਾਣਗੇ, ਪਰ ਬੱਚਿਆਂ ਨਾਲ ਅਸੀਂ ਅਕਸਰ ਮਜ਼ਾਕ ਕਰਦੇ ਹਾਂ। ਜਦੋਂ ਸਾਰਾ ਪਰਿਵਾਰ USA ਚਲਾ ਗਿਆ ਮੈਂ ਬਹੁਤ ਰੋਇਆ, ਮੈਨੂੰ ਲੱਗਾ ਮੇਰੀ ਲਾਈਫ ਹੀ ਖਤਮ ਹੋ ਗਈ। ਇਹ ਸ਼ਾਇਦ ਫਸਟ ਲੈਸਨ ਸੀ ਰਿਸ਼ਤਿਆਂ ਤੋਂ ਦੂਰ ਹੋਣ ਦਾ। ਕੱਲ੍ਹ ਸ਼ਿਕਾਗੋ ਦੇ ਸ਼ੋਅ 'ਤੇ ਆਇਆ ਸੀ। ਥੈਂਕ ਯੂ ਭੈਣ, ਸਾਰੇ ਪਰਿਵਾਰ ਦਾ ਦਿਲੋਂ ਧੰਨਵਾਦ ਅਤੇ ਬਹੁਤ ਸਤਿਕਾਰ। ਦਿਲਜੀਤ ਦੋਸਾਂਝ ਨੇ ਆਪਣੇ ਸ਼ਿਕਾਗੋ ਕੌਨਸਰਟ ਤੋਂ ਬਾਅਦ ਇਹ ਤਸਵੀਰਾਂ ਸਾਂਝੇ ਕਰਦੇ ਹੋਏ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ ਆਪਣੇ ਬਚਪਨ ਦੀ, ਜੋ ਅੱਜ ਤੱਕ ਦਿਲਜੀਤ ਦੋਸਾਂਝ ਆਪਣੇ ਬਚਪਨ ਬਾਰੇ ਜ਼ਿਆਦਾ ਗੱਲ ਕਰਦੇ, ਇੰਟਰਵਿਊਜ਼ ਦੇ ਵਿੱਚ ਨਜ਼ਰ ਨਹੀਂ ਆਉਂਦੇ। ਪਰ ਕੱਲ੍ਹ ਸ਼ਿਕਾਗੋ ਕੌਨਸਰਟ ਤੋਂ ਬਾਅਦ ਦਿਲਜੀਤ ਨੇ ਇਹ ਫੋਟੋ ਸਾਂਝੀਆਂ ਕਰ ਆਪਣੀ ਇੱਕ ਬਚਪਨ ਦੀ ਯਾਦ ਸਾਂਝੀ ਕੀਤੀ ਹੈ ਕਿ ਕਿਵੇਂ ਬਚਪਨ ਦੇ ਵਿੱਚ ਉਹ ਰੋਟੀ ਨਹੀਂ ਸੀ ਖਾਇਆ ਕਰਦੇ ਅਤੇ ਕਿਵੇਂ ਉਹਨਾਂ ਦੀ ਬੱਬੀ ਭੈਣ ਉਹਨਾਂ ਨੂੰ ਗੁੜ ਦੇ ਨਾਲ ਪਿਆਰ ਦੇ ਨਾਲ ਰੋਟੀ ਖਵਾਉਂਦੀ ਸੀ ਤਾਂ ਕਿਵੇਂ ਉਹ USA ਮੂਵ ਹੋਏ ਅਤੇ ਇੰਨੇ ਸਾਲਾਂ ਬਾਅਦ ਦਿਲਜੀਤ ਦੋਸਾਂਝ ਦਾ ਕਿਵੇਂ ਉਹਨਾਂ ਦੇ ਨਾਲ ਮੇਲ ਹੋਇਆ। ਇਹਨਾਂ ਤਸਵੀਰਾਂ ਨਾਲ ਹੀ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਦੋਸਾਂਝ ਕਿੰਨੇ ਇਮੋਸ਼ਨਲ ਨਜ਼ਰ ਆ ਰਹੇ ਨੇ ਔਰ ਇੱਕ ਯਾਦ ਜਿਹੜੀ ਬਚਪਨ ਦੀ ਸੀਗੀ ਇੱਕ ਵਾਰ ਫਿਰ ਉਹਨਾਂ ਦੀ ਤਾਜ਼ਾ ਹੋ ਗਈ ਕਿ USA ਸ਼ਿਕਾਗੋ ਕੌਨਸਰਟ ਤੋਂ ਬਾਅਦ ਜਿਹੜੀ ਉਹਨਾਂ ਦੀ ਮੁਲਾਕਾਤ ਉਹ ਬੱਬੀ ਭੈਣ ਦੇ ਨਾਲ ਹੋਈ ਹੈ। ਬਚਪਨ ਦਾ ਪਿਆਰ ਜਿਹੜਾ ਭੈਣ ਭਰਾਵਾਂ ਦਾ ਹੁੰਦਾ ਹੈ ਇੱਕ ਵਾਰ ਫਿਰ ਉਹ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਿਆ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਸਤਿ ਸ਼੍ਰੀ ਅਕਾਲ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube, Facebook, Instagram, X और WhatsApp चैनल पर।